ਸਤਿਕਾਰ ਗੁਰੂ ਰੂਪ ਗੁਰ ਸੰਗਤ ਜੀ ਸਾਰੀਆਂ ਗੁਰ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਦੇ ਥੰਮ ਬ੍ਰਹਮ ਗਿਆਨ ਦੇ ਸੂਰਜ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਇੱਕ ਐਸਾ ਉਪਦੇਸ਼ ਦਿੱਤਾ ਕਿ ਜਿਹੜੇ ਉਪਦੇਸ਼ ਦੇ ਨਾਲ ਜੀਵ ਦਾ ਲੋਕ ਪ੍ਰਲੋਕ ਦਾ ਰਸਤਾ ਸਾਫ਼ ਹੋ ਜਾਂਦਾ ਹੈ। ਇਸ ਸੰਸਾਰ ਤੇ ਗੁਰੂ ਨਾਨਕ ਪਾਤਸ਼ਾਹ ਪਾਰ ਬ੍ਰਹਮ ਸ਼ਕਤੀ ਆਈ, ਉਹਨਾਂ ਨੇ ਸਾਨੂੰ ਬਹੁਤ ਵੱਡੀ ਦੇਣ ਦਿੱਤੀ ਜਿਹੜੀ ਕਿ ਇੱਕ ਵਾਰੀ ਸ਼ਬਦ ਕਹਿਣ ਦੇ ਨਾਲ ਚਾਰਾਂ ਯੁੱਗਾਂ ਦੇ ਅਵਤਾਰਾਂ ਦਾ ਨਾਮ ਲਿਆ ਜਾਂਦਾ ਹੈ। ਸਾਰੀ ਗੁਰਸੰਗਤ ਰਸ਼ਨਾ ਕਰੋ, ਪਵਿੱਤਰ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਹਿੰਦੇ ਉੱਤਮ ਅਗਮ ਅਗੋਚਰਾ ਚਰਨ ਕਮਲ ਨਮਸਕਾਰ ਕਥਨੀ ਸਾਧ ਭਾਵ ਸੀ ਨਾਨਕ ਨਾਮ ਪਦਾ। ਜਿਹੜਾ ਪੁਰਸ਼ ਇਸ ਮਾਤਲੋਕ ਤੇ ਆਇਆ ਉਹਨੂੰ ਸਤਿਗੁਰਾਂ ਨੇ ਇਹੀ ਭੇਜਿਆ ਸੰਸਾਰ ਤੇ ਇਸ ਵਾਸਤੇ ਵੀ ਭਾਈ ਤੂੰ ਨਾਮ ਜਪ, ਨਾਮ ਜਪ ਕੇ ਤੂੰ ਪਾਰ ਬ੍ਰਹਮ ਪਰਮੇਸ਼ਰ ਤੋਂ ਵੱਖ ਹੋਇਆ, ਉਹਦੇ ਵਿੱਚ ਹੀ ਸਮਾ ਜਾਏਗਾ। ਕਿਉਂਕਿ ਨਾਮ ਜਪਣ ਨੂੰ ਇਹ ਸੰਸਾਰ ਤੇ ਜੀਵ ਨੂੰ ਭੇਜਿਆ ਦਸਾਂ ਨਹਾਂ ਦੀ ਕਿਰਤ ਵਾਸਤੇ। ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕਿਹਾ, ਕਹਿੰਦੇ ਰਾਮ ਜਪੋ ਵਡ ਭਾਗਿਓ ਜਲ ਥਲ ਪੂਰਨ ਸੋਏ ਨਾਨਕ ਨਾਮ ਅਰਾਧੀਏ ਵਿਘਨ ਨਾ ਲਾਗੇ ਕੋਈ। ਪ੍ਰਭੂ ਦਾ ਨਾਮ ਜਪਣ ਦੇ ਨਾਲ ਇਹਨੂੰ ਕੋਈ ਵਿਘਨ ਨਹੀਂ ਲੱਗਦਾ, ਕਿਉਂਕਿ ਪੂਰੇ ਗੁਰੂ ਦੀ ਜਦੋਂ ਸ਼ਰਨ 'ਚ ਜਾਂਦਾ ਪੂਰਾ ਸਤਿਗੁਰੂ ਮਿਲ ਜਾਵੇ ਉਹਨੂੰ ਰਾਮ ਸਹਾਰਾ ਮਿਲ ਜਾਂਦਾ। ਸਵਾਮੀ ਜੀ ਮਹਾਰਾਜ ਕਹਿੰਦੇ ਜਿਹਨੂੰ ਪੂਰਾ ਸਤਿਗੁਰੂ ਮਿਲ ਗਿਆ ਤਾਂ ਉਹਨੂੰ ਸਾਰੇ ਸਹਾਰੇ ਮਿਲ ਜਾਂਦੇ ਹੈ। ਸੋ ਬੜੇ ਪ੍ਰੇਮ ਨਾਲ ਕਵਿਤਾ ਸੁਣੋ, ਸਤਿਗੁਰ ਬਾਜੋ ਦੀਨ ਦੁਨੀ ਵਿੱਚ ਕਿਸੇ ਨਾ ਫੜਨਾ ਪੱਲਾ ਏ, ਉੱਥੋਂ ਵੀ ਇਕੱਲਾ ਆਇਆ ਸੱਜਣਾ ਤੇ ਇੱਥੋਂ ਵੀ ਜਾਣਾ ਇਕੱਲਾ ਏ। ਕੌੜਮ ਕਬੀਰ ਦਾ ਮੁੱਖ ਮੋੜ ਤੂੰ ਧਿਆਨ ਗੁਰੂ ਦਾ ਧਰਿਆ ਕਰ, ਹੋ ਜੂ ਜਨਮ ਸਹੇਲਾ ਤੇਰਾ ਤੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਵਾਹਿਗੁਰੂ ਦਾ ਨਾਮ ਜੀਵ ਨੂੰ ਇੰਨਾ ਜਪਣਾ ਚਾਹੀਦਾ, ਪਰ ਜਪਾਉਂਦਾ ਤਾਂ ਉਹ ਆਪ ਹੈ, ਪਰ ਫਿਰ ਵੀ ਕੋਸ਼ਿਸ਼ ਹੋਣੀ ਚਾਹੀਦੀ। ਉਹਨੂੰ ਬੇਨਤੀ ਕਰੋ ਵੀ ਸਾਥੋਂ ਨਾਮ ਜਪਾ। ਬੜੇ ਪਿਆਰ ਨਾਲ ਇਹ ਕਵਿਤਾ ਸੁਣੋ, ਭਾਈ ਸਤਨਾਮ ਸਿੰਘ ਜੀ ਬੁੱਟਰ ਤੇ ਹਰਵੰਸ ਸਿੰਘ ਜੀ ਕੁੱਪ ਇਹ ਗੁਰਸੰਗਤਾਂ ਦੀ ਅੱਜ ਸੇਵਾ ਕਰਨਗੇ। ਪਹਿਲੀ ਕਵਿਤਾ ਸੁਣੋ, ਹੋ ਜੂ ਜਨਮ ਸਹੇਲਾ ਤੇਰਾ ਵਾਹਿਗੁਰੂ ਵਾਹਿਗੁਰੂ ਕਰਿਆ। ਸਤਿਗੁਰ ਬਾਜੋ ਦੀਨ ਦੁਨੀ ਵਿੱਚ ਕਿਸੇ ਨਾ ਫੜਨਾ ਪੱਲਾ ਏ, ਸਤਿਗੁਰ ਬਾਜੋ ਦੀਨ ਦੁਨੀ ਵਿੱਚ ਕਿਸੇ ਨਾ ਫੜਨਾ ਪੱਲਾ ਏ, ਉੱਥੋਂ ਵੀ ਸੱਜਣਾ ਆਇਆ ਕੱਲਾ ਇੱਥੋਂ ਵੀ ਜਾਣਾ ਕੱਲਾ ਏ, ਉੱਥੋਂ ਵੀ ਸੱਜਣਾ ਆਇਆ ਕੱਲਾ ਇੱਥੋਂ ਵੀ ਜਾਣਾ ਕੱਲਾ। ਸੱਜਣਾ ਪੈਰ ਅੜਾ ਬੈਠਾ ਤੈਨੂੰ ਜਾਣਾ ਭੁੱਲ ਗਿਆ ਦੁਨੀਆ ਚੋ ਬੱਬ, ਸੋਚ ਸਮਝ ਕੇ ਧਰਿਆ ਕਰ, ਹੋ ਜੂ ਜਨਮ ਸਹੇਲਾ ਤੇਰਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਹੋ ਜੂ ਜਨਮ ਸਹੇਲਾ ਤੇਰਾ ਵਾਹਿਗੁਰੂ ਵਾਹਿਗੁਰੂ ਕਰਿਆ। ਜਦ ਮੈਨੇਰੀ ਵਿੱਚ ਫਿਰਦਾ ਏ ਤੈਨੂੰ ਵੇਖ ਵੇਖ ਕੇ ਹੱਸਦਾ ਏ, ਜਦ ਮੈਂ ਮੇਰੀ ਵਿੱਚ ਫਿਰਦਾ ਏ ਤੈਨੂੰ ਵੇਖ ਵੇਖ ਕੇ ਹੱਸਦਾ। ਸਹੇਲਾ ਤੇਰਾ ਸਤਨਾਮ ਵਾਹਿਗੁਰੂ ਕਰਿਆ ਕਰੇ।
ਸਾਨ ਸ਼ੌਕ ਨਾ ਸਰਨਾ ਨੀਆ ਮੋਰੇ ਨਦੀ ਬਤਰ ਨੀ ਆਉਣੀ ਐ ਪੁੰਨ ਦਾਨ ਭਜਨ ਬਿਨ ਤਰਨਾ ਨੀਆ ਮੋਰੇ ਨਦੀ ਬਤਰ ਨੀ ਆਉਣੀ ਐ ਪੁੰਨ ਦਾਨ ਭਜਨ ਬਿਨ ਤਰਨਾ ਨੀ ਦਇਆ ਦੀ ਮੂਰਤ ਬਣ ਜਾ ਤੂੰ ਕਦੇ ਦੁੱਖ ਦੁਖੀਆਂ ਦੇ ਹਰਿਆ ਕਰ ਹੋ ਜੂ ਜਨਮ ਸਹੇਲਾ ਤੇਰਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਹੋ ਜੂ ਜਨਮ ਸਹੇਲਾ ਤੇਰਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਜਾਤ ਪਾਤ ਤਾਂ ਪੁੱਛਣੀ ਹੈ ਨਾ ਅਮਲਾਂ ਨਾਲ ਨਿਬੇੜੇ ਨੇ ਲਪ ਲਪ ਪਾਪ ਕਮਾਉਣਾ ਸੱਜਣਾ ਰੱਬ ਸਾਰਗ ਤੋਂ ਵੀ ਨੇੜੇ ਲੋਕ ਲੋਕ ਪਾਪ ਕਮਾਉਣਾ ਸੱਜਣਾ ਰੱਬ ਸਾਰਗ ਤੋਂ ਵੀ ਨੇੜੇ ਪਾਪ ਕਰੇ ਨੀ ਛੁਪਣੇ ਤੇ ਉੱਥੇ ਪਾਪ ਕਦੇ ਨੀ ਛੁਪਣੇ ਤੇਰੇ ਪਾਪ ਸੋਚ ਸਮਝ ਕੇ ਧਰਿਆ ਕਰ ਹੋ ਜੂ ਜਨਮ ਸਹੇਲਾ ਤੇਰਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਹੋ ਜੂ ਜਨਮ ਸਹੇਲਾ ਤੇਰਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਹੋ ਕਾਮਲ ਮੁਰਸ਼ਦ ਦੇ ਲੜ ਲੱਗ ਜਾ ਦਰਗਾਹ ਵਿੱਚ ਵਕੀਲ ਬਣੂ ਗਿਣ 84 ਕੱਟਣ ਵਾਸਤੇ ਸਤਗੁਰ ਦੀ ਫੇਰ ਦਲੀਲ ਬਣੂ ਗਿਣ 84 ਕੱਟਣ ਵਾਸਤੇ ਸਤਗੁਰ ਦੀ ਫੇਰ ਦਲੀਲ ਬਣੂ ਲੈ ਉੱਠ ਜਾਗਰਾ ਸਤਗੁਰ ਦੀ ਤੂੰ ਸ਼ਬਦ ਪਿਆਰ ਦੇ ਭਰਿਆ ਕਰ ਹੋ ਜੂ ਜਨਮ ਸਹੇਲਾ ਤੇਰਾ ਵਾਹਿਗੁਰੂ 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 ਕਰਿਆ ਕਰ ਹੋ ਜੂ ਜਨਮ ਸਹੇਲਾ ਤੇਰਾ ਵਾਹਿਗੁਰੂ ਵਾਹਿਗੁਰੂ ਕਰਿਆ ਜਾਗਰ ਜਗਤ ਤੇ ਵੇਖ ਲਾ ਨਹੀਂ ਬੈਠਾ ਤੇ ਹੇਮੂ ਬਾਣੀਆਂ ਚ ਲਾ ਗਿਆ ਚੰਮਦੀ ਸੀ ਇਸ ਸੰਸਾਰ ਤੇ ਰਹਿਣਾ ਨਹੀਂ ਕਿਸੇ ਨੇ ਪਰਮੇਸ਼ਰ ਦਾ ਨਾਮ ਜਪਿਆ ਉਹ ਇੱਥੋਂ ਆਪਣਾ ਕੁਛ ਨਾ ਕੁਛ ਖੱਟ ਕੇ ਚਲਿਆ ਜਾਂਦਾ ਜਿਹਨੇ ਹਰੀ ਦਾ ਨਾਮ ਜਪ ਲਿਆ ਵਾਹਿਗੁਰੂ ਦਾ ਨਾਮ ਜਪ ਲਿਆ ਉਹ ਪਿਆਰੋ ਆਪਦੀ ਬਾਜੀ ਜਿੱਤ ਗਿਆ ਸੋ ਇਸ ਸੰਸਾਰ ਦੇ ਉੱਤੇ ਬੜੇ ਰਿਸ਼ੀ ਮੁਨੀ ਆਉਂਦੇ ਆ ਇੱਕ ਵਿਦਵਾਨ ਨੇ ਕਿਹਾ ਕਹਿੰਦੇ ਭਗਤੀ ਬੀਜ ਨਾ ਬਿਨਸੀਏ ਜੇ ਜੁਗ ਬੀਤ ਅਨੰਤ ਊਚ ਨੀਚ ਘਰ ਜਨਮ ਰਹੇ ਸੰਤ ਕਾ ਸੰਤ ਲੋਕੋ ਦੀ ਧਰਤੀ ਦੇ ਵਿੱਚ ਐਡੀ ਮਹਾਨ ਹਸਤੀ ਪਹਿਲਾਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਚਰਨ ਮੁਬਾਰਕ ਪਾਏ ਉਹਨਾਂ ਦੀਆਂ ਬਖਸ਼ਾਂ ਬਖਸ਼ੀਆਂ ਅੱਜ ਆਨੰਦ ਮਾਣਦੇ ਆ ਲੋਕੋ ਵਾਸੀ ਲਾਕਾ ਨਿਵਾਸੀ ਸਾਰੇ ਸਵਾਮੀ ਦਰਬਾਰਾ ਸਿੰਘ ਮਹਾਰਾਜ 1932 ਨੂੰ ਇਸ ਲੋਕੋ ਦੇ ਵਿੱਚ ਅਵਤਾਰ ਆਏ ਉਹਨਾਂ ਨੇ ਮਹਾਨ ਕਿਰਪਾ ਕੀਤੀ ਤੇ 1975 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸਵਾਮੀ ਜੀ ਤਖਤਪੁਰੇ ਸਾਹਿਬ ਕਰਾਉਂਦੇ ਸੀ ਉਦੋਂ ਪਹਿਲਾਂ 1965 ਦੇ ਵਿੱਚ ਬਾਅਦ ਵੀ ਹੋ ਸਕਦਾ ਇਹਨਾਂ ਸੰਨ ਦੇ ਵਿੱਚ ਸਵਾਮੀ ਜੀ ਨੇ 10ਵੇਂ ਪਾਤਸ਼ਾਹ ਦੇ ਗੁਰਦੁਆਰੇ ਦੀ ਸੇਵਾ ਕਰਵਾਈ ਤਖਤਪੁਰਾ ਸਾਹਿਬ 3 ਪਾਤਸ਼ਾਹ ਜਾਣਿਆ ਗੁਰੂ ਨਾਨਕ ਦੇਵ ਮਹਾਰਾਜ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ 2 ਗੁਰਦੁਆਰਿਆਂ ਦੀ ਸੇਵਾ ਸਵਾਮੀ ਜੀ ਨੇ ਕਰਾਈ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 6ਵੇਂ ਪਾਤਸ਼ਾਹ ਮਹਾਰਾਜ ਦੇ ਸਥਾਨ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਕਰਵਾਈ ਸੋ 1975 ਨੂੰ ਸਵਾਮੀ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਗੁਰਦੁਆਰੇ ਦੀ ਸੇਵਾ ਕਰਾਉਂਦੇ ਸੀ ਉਹਨਾਂ ਦਿਨਾਂ ਦੇ ਵਿੱਚ ਰਾਜਸਥਾਨ ਹਰਿਆਣੇ ਦੇ ਬਾਰਡਰ ਦੇ ਨਜ਼ਦੀਕ ਇੱਕ ਮਹਾਂਪੁਰਸ਼ ਹੋਇਆ ਇਹ ਮੈਨੂੰ ਸਾਰੀ ਬਰਾਤ ਨੇ ਗੱਲ ਦੱਸੀ ਇੱਥੋਂ ਸ਼ੁਰੂ ਹੁੰਦੀ ਹੈ ਇੱਕ ਛੋਟਾ ਜਿਹਾ ਬੱਚਾ ਉੱਥੇ ਕਿਸੇ ਦੇ ਘਰੇ ਜਨਮਿਆ
ਉਹਦੇ ਪੂਰਵਲੇ ਜਨਮਾਂ ਦੀ ਬਹੁਤ ਕੋਈ ਤਪੱਸਿਆ ਕੀਤੀ ਵੀ ਸੀ ਤਾਂ ਕਹਿੰਦੇ ਵੀ ਜਦੋਂ ਉਹ ਮਾੜਾ ਮੋਟਾ ਆਪਦੀ ਸੁਰਤ ਚ ਹੋਇਆ ਤੇ ਉਹਨੇ ਫੰਗਾਂ ਦਾ ਮੁੱਠਾ ਮੰਗਿਆ ਵੀ ਮੈਨੂੰ ਫੰਗ ਲਿਆ ਦਿਓ ਫੰਗਾਂ ਦਾ ਮੁੱਠਾ ਲਿਆ ਤਾ ਤੇ ਇੱਕ ਦਿਨ ਆਪਦੇ ਪਿਤਾ ਨੂੰ ਕਹਿੰਦਾ ਵੀ ਮੈਨੂੰ ਲੈ ਕੇ ਚੱਲ ਜਿੱਥੋਂ ਦੀ ਰੇਲ ਪੱਟੜੀ ਲੰਘਦੀ ਹੈ ਉੱਥੇ ਚਲੇ ਗਏ ਕਹਿੰਦੇ ਆ ਬਰਾੜ ਸਾਹਿਬ ਨੇ ਸਾਰੀ ਗੱਲ ਮੈਨੂੰ ਦੱਸੀ ਹੈ ਉਹ ਪੂਰੇ ਜੋਬਨ ਸੀ 30-35-40 ਸਾਲ ਦੇ ਹੋਣਗੇ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਸਾਰੀ ਕਥਾ ਦਾ ਪਤਾ ਉਹਦੇ ਪਿਤਾ ਉੱਥੇ ਲੈ ਗਏ ਬੱਚੇ ਦੇ ਤੇ ਉਹਨੇ ਕੋਈ ਐਸੀ ਕਿਰਪਾ ਕੀਤੀ ਮੋਲ ਗੱਡੀ ਖੜ ਗਈ ਟ੍ਰੇਨ ਖੜ ਗਈ ਉਦੋਂ ਕੋਲੇ ਵਾਲੇ ਇੰਜਣ ਹੁੰਦੇ ਸੀ ਜਦੋਂ ਟ੍ਰੇਨ ਖੜ ਗਈ ਬੱਚਾ ਭੱਜ ਕੇ ਟ੍ਰੇਨ ਚ ਵੜ ਗਿਆ ਇੱਕ ਬਹੁਤ ਲਚਾਰ ਪਿਆ ਸੀ ਜਿਹਨੂੰ ਬੀਕਾਨੇਰ ਹਸਪਤਾਲ ਚ ਦਾਖਲ ਕਰਨ ਵਾਸਤੇ ਚੱਲੇ ਸੀ ਤਾਂ ਉਹ ਬੱਚੇ ਨੇ ਉਹਦੇ ਫੰਗ ਲਾ ਦੇ ਤੇ ਉਹ ਉੱਠ ਕੇ ਤੁਰ ਪਿਆ ਤਾਂ ਉਹਦੀ ਸਾਰੀ ਟ੍ਰੇਨ ਦੇ ਵਿੱਚ ਜੈ ਜੈਕਾਰ ਹੋ ਗਈ ਟ੍ਰੇਨ ਤੁਰੇ ਨਾ ਤਾਂ ਕਹਿੰਦੇ ਵੀ ਉਹ ਬੱਚਾ ਕਹਿੰਦਾ ਮੈਂ ਤੋਰਦਾ ਟ੍ਰੇਨ ਤੋਰ ਦੇ ਬਾਬਾ ਜਦੋਂ ਟ੍ਰੇਨ ਤੇ ਇੰਜਣ ਨੂੰ ਉਹਨੇ ਮੁੱਠਾ ਲਾ ਤਾ ਫੰਗਾ ਦਾ ਤੇ ਟ੍ਰੇਨ ਵੀ ਚੱਲ ਪਈ ਬਾਬੇ ਦੀ ਚੜ੍ਹਾਈ ਹੋ ਗਈ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਦੇਸ਼ ਦੇ ਵਿੱਚ ਧੁੰਮ ਮੱਚ ਗਈ ਬੱਸਾਂ ਗੱਡੀਆਂ ਦੇ ਲੋਕ ਜਾਣ ਉਦੋਂ ਇੰਨੇ ਸਾਧਨ ਨਹੀਂ ਸੀ ਹੁੰਦੇ ਅੱਜ ਤੋਂ 45 ਸਾਲ ਪਹਿਲਾਂ ਦੀ ਗੱਲ ਆ ਤੇ ਇਹ ਆਪਣੇ ਇਲਾਕੇ ਦੇ ਵਿੱਚ ਵੀ ਆ ਗਈ ਕਹਿੰਦੇ ਆ ਖਾਈ ਪਿੰਡ ਹੈ ਇੱਕ ਮੋਗੇ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਪਿੰਡ ਹੈ ਉੱਥੇ ਇੱਕ ਪਰਿਵਾਰ ਸਵਾਮੀ ਜੀ ਮਹਾਰਾਜ ਦਾ ਸ਼ਰਧਾਲੂ ਸੀ ਤੇ ਉਹਨਾਂ ਦੀ ਮਾਤਾ ਅਮਰ ਕੌਰ ਦਾ ਨਾਮ ਸੀ ਉਹਦਾ ਸਿਰ ਦੁੱਖਦਾ ਸੀ ਇੱਥੋਂ ਦੀ ਗੱਡੀ ਜਾਂਦੀ ਹੁੰਦੀ ਸੀ ਤੇ ਇੱਕ ਮਾਈ ਸੀ ਖੱਤਰੀਆਂ ਦੀ ਉੱਧਰੋਂ ਗੱਡੀ ਖੜੀ ਤਿਆਰ ਤੇ ਉਹਨੇ ਚੇਤਾ ਕੀਤਾ ਵੀ ਅਮਰੋ ਦਾ ਸਿਰ ਦੁੱਖਦਾ ਤੇ ਚੱਲ ਉਹਨੂੰ ਵੀ ਮੈਂ ਲੈ ਚੱਲਦੀ ਹਾਂ ਉਹ ਖੱਤਰੀਆਂ ਦੀ ਮਾਈ ਉਹਦੇ ਕੋਲ ਆਈ ਕਹਿੰਦੀ ਅਮਰੋ ਤੂੰ ਹਾਏ ਹਾਏ ਕਰਦੀ ਹੈ ਤੇਰਾ ਸਿਰ ਦੁੱਖਦਾ ਚੱਲ ਅੱਜ ਫੰਗਾ ਵਾਲੇ ਬਾਬੇ ਦੇ ਚੱਲੀਏ ਗੱਡੀ ਤਿਆਰ ਹੈ ਤੇ ਜਿੱਥੇ ਰੋਗ ਸੋਗ ਸਭ ਟੁੱਟ ਜਾਂਦੇ ਆ ਤੇ ਇੱਥੋਂ ਕਵਿਤਾ ਸੁਣੋ ਬਈ ਫੰਗਾ ਵਾਲਾ ਬਾਬਾ ਆਇਆ ਜਿਸ ਨੇ ਨੂਰੀ ਚੰਨ ਚੜ੍ਹਾਇਆ ਮੰਤਰ ਪੜ੍ਹ ਕੇ ਰੇਲ ਰੋਕਤੀ ਕਹਿੰਦੀ ਦੁਨੀਆ ਸਾਰੀ ਚੱਲ ਚੱਲੀਏ ਫੰਗ ਲਵਾਉਣ ਕਿਹੜੇ ਸਭ ਹੋ ਜੂ ਦੂਰ ਬਿਮਾਰੀ ਬੜੇ ਪਿਆਰ ਨਾਲ ਕਵਿਤਾ ਉਹ ਮਾਤਾ ਅਮਰੋ ਨੂੰ ਬਾਬੇ ਦੀ ਸਿਫਤ ਇਉਂ ਕਰਕੇ ਦੱਸਦੀ ਹੈ ਸੋਨਗੜੀ ਦੀ ਹਾਲ ਦੁਹਾਈ ਸੋਨਗੜੀ ਦੀ ਹਾਲ ਦੁਹਾਈ ਉਹਨੇ ਸਾਰੀ ਗੱਲ ਸੁਣਾਈ ਉਹਨੇ ਸਾਰੀ ਗੱਲ ਸੁਣਾਈ ਚੱਲ ਕੇ ਇੱਕ ਗਵਾਂਢਣ ਆਈ ਚੱਲ ਕੇ ਇੱਕ ਗਵਾਂਢਣ ਆਈ ਬਿਨਾਂ ਦਵਾਈ ਦਰਦ ਹਟੂਗਾ ਮੱਤ ਗਈ ਕਿਉਂ ਮਾਰੀ ਚੱਲ ਚੱਲੀਏ ਪੰਗਲ ਲਵਾਉਣ ਕੁੜੇ ਹੋ ਜਾਏ ਦੂਰ ਬਿਮਾਰੀ
ਹੈ ਚਾਬੀ ਉਹਦੇ ਕੋਲੇ ਆ ਉਹ ਕਹਿੰਦੀ ਤੇਰਾ ਕਰਾਇਆ ਆਪੇ ਲਾ ਦੂੰ ਤੇਰੇ ਸੁੱਤੇ ਭਾਗ ਜਗਾ ਦੂੰ ਜਾਗਰ ਸਿੰਘ ਤੋਂ ਕਾਬਲ ਖਾ ਦੂੰ ਦਰਬਾਰ ਸਤਿਗੁਰੂ ਨਜ਼ਰਾ ਕਰਕੇ ਕਹਿੰਦੇ ਲੋਕ ਲਖਾਰੀ ਇਸ ਮੇਰੇ ਸ਼ਬਦ ਗੁਰੂ ਸਵਾਮੀ ਦਰਬਾਰਾ ਸਿੰਘ ਮਹਾਰਾਜ ਦੀ ਕਿਰਪਾ ਤਾਂ ਉਹ ਕਹਿੰਦੇ ਮਾਈ ਨੇ ਮੋਰ ਨਗਾਲੇ ਤੋਂ ਝੋਲੇ ਵਿੱਚ ਲੀੜੇ ਪਾ ਲਏ ਵੀ ਚੱਲ ਉਦੋਂ ਕੱਢਵੇਂ ਝੋਲੇ ਹੁੰਦੇ ਸੀ ਕੱਢੇ ਵੇ ਮੋਰੀਆਂ ਦਾ ਝੋਲਾ ਚੱਕ ਲਿਆ ਬਈ ਮੋਰ ਦੇ ਫੰਗ ਲਾਉਣੇ ਝੋਲੇ ਦੀ ਵੀ ਕਢਾਈ ਉਹੋ ਜਿਹੀ ਹੋਣੀ ਚਾਹੀਦੀ ਹੈ ਲੀੜੇ ਪਾ ਲਏ ਇਹਨੇ ਨੂੰ ਉਹਦੀ ਲੜਕੀ ਆਈ ਕਹਿੰਦੀ ਬੇਬੇ ਕਿੱਥੇ ਚੱਲੀ ਆ ਕਹਿੰਦੀ ਮੈਂ ਫੰਗ ਲਵਾ ਕੇ ਲਿਆਉਣੇ ਬਾਬੇ ਤੋਂ ਮੇਰਾ ਸਿਰ ਦੁੱਖਦਾ ਹੈ ਉਹ ਕਹਿੰਦੀ ਤੂੰ ਆ ਐਡੇ ਸਤਿਗੁਰੂ ਛੱਡ ਕੇ ਸਵਾਮੀ ਦਰਬਾਰਾ ਸਿੰਘ ਮਹਾਰਾਜ ਜਿਹੜੇ ਲੋਕ ਪਰਲੋਕ ਦੇ ਰਸਤੇ ਸਾਫ਼ ਕਰਦੇ ਕਿਰਪਾ ਕਰਕੇ ਤੇ ਤੂੰ ਉਹਨਾਂ ਨੂੰ ਛੱਡ ਕੇ ਹੁਣ ਫੰਗਾਂ ਵਾਲੇ ਬਾਬੇ ਕੋਲ ਜਾਣੀ ਹੈ ਉਹ ਤਰਕ ਮੰਨ ਗਈ ਮਾਤਾ ਜਦੋਂ ਤਰਕ ਆਈ ਉਹਨੂੰ ਜਵਾਬ ਦੇਤਾ ਵੀ ਮੈਂ ਨਹੀਂ ਜਾਂਦੀ ਮੈਂ ਤਾਂ ਸਵਾਮੀ ਜੀ ਮਹਾਰਾਜ ਤਖਤਪੁਰਾ ਸਾਹਿਬ ਆ ਉੱਥੇ ਚੱਲੀ ਹੈ ਮਾਤਾ ਨੇ ਜਥਾ ਯੋਗ ਲੰਗਰ ਵਾਸਤੇ ਸਮਾਨ ਪਾਇਆ ਤੇ ਝੋਲਾ ਚੱਕ ਕੇ ਬੱਸ ਅੱਡੇ ਆਈ ਉੱਥੋਂ ਬਹਿ ਕੇ ਕਾਸੇ ਤੇ ਨਿਹਾਲੇ ਵਾਲੇ ਆਈ ਨਿਹਾਲੇ ਵਾਲੇ ਆ ਕੇ ਮਾਤਾ ਨੂੰ ਕੁਛ ਮਿਲਿਆ ਨਹੀਂ ਉਹਦੇ ਲੜਕੇ ਸੱਗੜ ਸਿੰਘ ਨੇ ਮੈਨੂੰ ਦੱਸਿਆ ਉੱਥੋਂ ਤੁਰ ਕੇ ਆਈ ਜਦੋਂ ਤੁਰ ਕੇ ਆਈ ਸਵਾਮੀ ਦਰਬਾਰਾ ਸਿੰਘ ਮਹਾਰਾਜ ਤਖਤਪੁਰਾ ਸਾਹਿਬ ਬੈਠੇ ਇੱਥੇ ਮਾਤਾ ਤੁਰ ਕੇ ਆ ਗਈ ਪੁੱਛਿਆ ਮਹਾਰਾਜ ਕਿੱਥੇ ਆ ਤਾਂ ਸੇਵਾਦਾਰ ਨੇ ਦੱਸਿਆ ਵੀ ਹੋ ਬੈਠੇ ਆ ਕੰਧ ਦੇ ਨਾਲ ਲੰਗਰ ਦੇ ਵਿੱਚ ਦਸਵੇਂ ਪਾਤਸ਼ਾਹ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਲੰਗਰ ਬਣਿਆ ਪੁਰਾਣਾ ਲੰਗਰ ਹਲੇ ਵੀ ਉਹਨੂੰ ਪੁਰਾਣਾ ਲੰਗਰ ਕਹਿੰਦੇ ਆ ਉੱਥੇ ਪਰਸ਼ਾਵੇਂ ਬੈਠੇ ਮਹਾਰਾਜ ਜਦੋਂ ਪਰਸ਼ਾਵੇਂ ਬੈਠੇ ਤਾਂ ਮਾਤਾ ਨੇ ਜਾ ਕੇ ਨਮਸਕਾਰ ਕੀਤੀ ਮਹਾਰਾਜ ਵਿੱਚੇ ਵਿੱਚ ਹੱਸੀ ਜਾਣ ਹੋਠੋਂ ਸੇ ਕੁਛ ਬੋਲੇ ਨਹੀਂ ਬਿਨ ਬੋਲੇ ਸਭ ਕੁਛ ਬੋਲਦੀ ਆ ਊ ਮਹਾਰਾਜ ਬੋਲੇ ਜਾ ਹੱਸੀ ਜਾਣ ਮਾਤਾ ਨੇ ਮੱਥਾ ਟੇਕ ਕੇ ਜਥਾ ਜੋਗ ਮਹਾਰਾਜ ਦੀ ਭੇਟਾ ਧਰ ਕੇ ਮਾਤਾ ਜੀ ਬੈਠੇ ਰਹੇ ਮੂਹਰੇ ਤਾਂ ਮਹਾਰਾਜ ਨੇ ਕੀ ਵੇਖਿਆ ਬਨੇਰੇ ਦੇ ਉੱਤੇ ਇੱਕ ਮੋਰ ਫਿਰੇ ਜਦੋਂ ਮੋਰ ਫਿਰੇ ਉਹਨੇ ਮਹਾਰਾਜ ਦੇ ਮੰਜੇ ਤੇ ਛਾਲ ਮਾਰੀ ਜਿਹੜੇ ਤੇ ਬੈਠੇ ਸੀ ਮੋਰ ਨੇ ਜਦੋਂ ਛਾਲ ਮਾਰੀ ਮਹਾਰਾਜ ਨੇ ਮੋਰ ਫੜ ਲਿਆ ਤੇ ਉਹਦਾ ਜਿਹੜਾ ਸਿਰ ਸੀ ਐ ਕਰ ਲਿਆ ਆਪਦੇ ਤੇ ਮਾਤਾ ਨੇੜੇ ਹੀ ਬੈਠੀ ਸੀ ਐ ਧਰਤਾ ਮਾਈ ਦੇ ਸਿਰ ਤੇ ਮੋਰ ਕਹਿੰਦੇ ਲੈ ਮਾਤਾ ਉੱਥੇ ਤਾਂ ਤੇਰੇ ਕੱਲੇ ਫੰਗ ਹੀ ਲੱਗਣੇ ਸੀ ਸਾਰਾ ਮੋਰ ਹੀ ਧਰਤਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਬੜੇ ਪ੍ਰੇਮ ਨਾਲ ਸੁਣੋ ਬਈ ਧਰਤਾ ਮੋਰ ਮਾਈ ਦੇ ਸਿਰ ਤੇ ਸਵਾਮੀ ਲੋਕੋ ਵਾਲੇ ਕਹਿੰਦੇ ਮਾਈ ਉੱਥੇ ਤਾਂ ਤੇਰੇ ਕੱਲੇ ਫੰਗ ਲੱਗਣੇ ਸੀ ਤੇ ਇੱਥੇ ਤੇਰੇ ਲੋਕ ਪਰਲੋਕ ਦੇ ਰਸਤੇ ਸਾਫ਼ ਕਰਦੇ 84 ਕੱਟੀ ਗਈ ਸਵਾਮੀ ਜੀ ਮਹਾਰਾਜ ਮਾਤਾ ਨੂੰ ਬੜੇ ਪ੍ਰੇਮ ਦੇ ਨਾਲ ਉਹ ਗੁਪਤ ਗੱਲ ਪ੍ਰਗਟ ਕਰਕੇ ਦੱਸਦੇ ਆ ਤੇ ਭਾਈ ਸਤਨਾਮ ਸਿੰਘ ਜੀ ਬੁੱਟਰ ਤੇ ਭਾਈ ਹਰਵੰਸ ਸਿੰਘ ਜੀ ਕੁੱਪ ਇਹ ਤੁਹਾਨੂੰ ਬੜੇ ਪਿਆਰ ਨਾਲ ਕਵਿਤਾ ਸੁਣਾਉਣਗੇ ਬਈ ਧਰਤਾ ਮੋਰ ਮਾਈ ਦੇ ਸਿਰ ਤੇ ਸਵਾਮੀ ਲੋਕੋ ਵਾਲੇ ਜਦ ਮਾਤਾ ਨੇ ਸੀਸ ਨਮਾਇਆ ਸਵਾਮੀ ਲੋਕੋ ਸਵਾਮੀ ਲੋਕੋ।
दुख दर्द की करू सफाई, मुरली जग नंद लाल बजाई, नाग कील दे नाग कील दे काले ने तरता मोर माई दे सिर ते स्वामी कुंडला स्वामी कुंडला। स्वामी जी ने जो मोर माई के सिर से धरता उस वेले शांति आ गई, किधरे सिर का दर्द गया, इन्नी खुशी हुई। माता को कहते चाह पानी छक ला, भोजन पानी छक के माता जा दो। माता तो चाह चक्या ना जाए बी पंजा मिनट सिर का दर्द हटाता। महाराज मोर आला कहन लग गए, बाबा मोर आला। उस वेले असी छोटे छोटे सी, इत्थे आके डेरे गल दसी ते वह बहुत प्यारी लगे। फिर असी कविता बनाई गुरुआ की कृपा न प्यारी गुरसंग जी स्वामी जी महाराज के अनेक कौतक यह जे गुरसंगता के हिरदे में समाए है। बड़े प्यार जस स्वामी जी महाराज का तुसी बहुत प्यार सुनो। साजन लोपो वाले गुरमुख ये गुरसंगत भेंट करे, तो होर भी कविता आप समय समय ना गाते रहा करा स्वामी जी दियाँ। तो इस प्रसंग में तुम जिन्ना मान बख्शोगे तो उदा ही आप वधिया होर प्रसंग स्वामी जी दे लैके थोड़े चरणा चाहवांगे। तो ये माता जी का दुख जो खंडन किया, माता ने घरे दस्या जो मेरे तो सिर पर स्वामी जी ने सारा मोर धरता। कुड़ी कहती तू एवें जाना सी, तेरे सारे कार्ज हो गए। तो स्वामी जी कहते तेरा लोक परलोक का रास्ता साफ करता। सो उस महापुरशा की शरण संत सरन जो जन परे, सो जन उधर नहार, संत की निंदा नानक बहर बहर अवतार। जो भी संत महापुरशा की शरण चाहता कुछ ना कुछ लेके ही जाता है। जिमें आप सेंट की दुकान में जाइए भावें कुछ भी ना खरीद के फिर भी स्मैल तो अपने आ ही जानी है। सो सारे प्रभु का सिमरन करया करो, सिमरन दे विच ही सब कुछ है। पंजवें पातशाह महाराज ने सुखमनी साहब की अष्टपदी जितों शुरू होंदी है उत्थे आपां नूं कि एडी बख्शिश बख्शी है। कहिंदे सिमरो सिमर सिमर सुख पावो, कल कलेश तन मन हिंदावो। सारे कलयुग दे कलयुग दे दोष अपने हिरदे विचों निकल जाणगे। सारयां नूं वाहिगुरु का जाप करना चाहिए। होइयां भुलां चुकां दी माफी सारी संगत आग्या बख्शो। वाहिगुरु जी का खालसा वाहिगुरु जी की फतेह।